ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿਖੇ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ, ਉੱਥੇ ਹੀ ਲੋਕਾਂ ਦੇ ਚਿਹਰੇ ਵੀ ਖੁਸ਼ੀ ਵਿੱਚ ਨਜ਼ਰ ਆ ਰਹੇ ਹਨ। ਇਸ ਉਪਰੰਤ ਗੱਲਬਾਤ ਕਰਦੇ ਹੋਏ ਕਸਬਾ ਅਮਰਕੋਟ ਤੋਂ ਧਿਆਣਾ ਸਵੀਟ ਸ਼ਾਪ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਜ਼ਮੀਨ ਹੇਠਾਂ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਇਸ ਮੌਕੇ ਹੋਈ ਬਾਰਿਸ਼ ਵਿੱਚ ਛੋਟੇ ਬੱਚੇ ਵੀ ਬਾਰਿਸ਼ ਦਾ ਆਨੰਦ ਮਾਣ ਰਹੇ ਸਨ। ਹਾਂਜੀ ਭਾਅ ਜੀ, ਪਹਿਲੀ ਵਾਰ ਬਾਰਿਸ਼ ਹੋਈ ਆ ਤੁਹਾਡੇ ਏਰੀਆ ਜਾਂ ਹਲਕੇ 'ਚ, ਅਤੇ ਕਿਵੇਂ ਮਹਿਸੂਸ ਕਰ ਰਹੇ ਜੀ ਤੁਸੀਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਨੂੰ ਬੜੀ ਖੁਸ਼ੀ ਹੋ ਰਹੀ ਆ ਅੱਜ ਸਾਡੇ ਹਲਕੇ ਦੀ ਖੇਮਕਰਨ 'ਚ ਪਹਿਲੀ ਬਾਰਿਸ਼ ਹੋਈ ਆ। ਇਹ ਬਾਰਿਸ਼ ਨਾ ਹੋਣ ਕਾਰਨ ਸਾਡੇ ਜਿਹੜੇ ਮੋਟਰਾਂ ਦਾ ਪਾਣੀ ਪਹਿਲਾਂ ਹੀ ਬੜਾ ਥੱਲੇ ਚੱਲ ਗਿਆ ਸੀ। ਬੱਤੀ ਵੀ ਬੜੀ ਦਿੱਕਤ ਆ ਰਹੀ, ਬਿਜਲੀ ਦੀ ਕਿਸਾਨਾਂ ਨੂੰ ਝੋਨੇ ਜਿਹੜੇ ਉਹ ਸੁੱਟ ਰਿਹਾ ਸੀ, ਅਤੇ ਇਸ ਬਾਰਿਸ਼ ਨਾਲ ਜਿੱਥੇ ਸਾਰਾ ਸਾਡਾ ਕਿਸਾਨ ਵਰਗ ਖੁਸ਼ ਹੈ, ਉੱਥੇ ਸਾਡਾ ਦੁਕਾਨਦਾਰ ਭਾਈਚਾਰਾ ਮਜ਼ਦੂਰ ਵਰਗ ਵੀ ਬੜਾ ਖੁਸ਼ ਹੈ, ਕਿਉਂਕਿ ਸਾਡਾ ਸਰਹੱਦੀ ਏਰੀਆ ਜਿਹੜਾ ਇੱਥੇ ਇੰਡਸਟਰੀ ਨਾ ਹੋਣ ਕਰਕੇ ਇਹ ਸਿਰਫ ਕਿਸਾਨੀ 'ਤੇ ਡਿਪੈਂਡ ਕਰਦਾ, ਔਰ ਅਗਰ ਕਿਸਾਨੀ ਦਾ ਕੋਈ ਨੁਕਸਾਨ ਹੁੰਦਾ ਤਾਂ ਫਿਰ ਸਾਡੇ ਜਿਹੜੇ ਦੁਕਾਨਦਾਰ ਵਰਗ ਨੂੰ, ਵਪਾਰਕ ਵਰਗ ਨੂੰ ਬੜਾ ਵਡਾਕਾ ਕਰ ਦਿੰਦਾ ਹੈ। ਅਤੇ ਆਹ ਜਿਹੜੀ ਬਾਰਿਸ਼ ਆ, ਇਹਦੇ ਨਾਲ ਕਿਸਾਨਾਂ ਦੇ ਨਾਲ ਨਾਲ ਸਾਡੇ ਦੁਕਾਨਦਾਰ ਭਾਈਚਾਰੇ ਜਿਹੜੇ ਵੀ ਰੌਣਕਾਂ ਗਈਆਂ ਹੈ, ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਸਾਨੂੰ ਜਿਹੜੀ ਅੱਜ ਪਹਿਲੀ ਬਾਰਿਸ਼ ਦਿੱਤੀ ਹੈ, ਅਤੇ ਬੜਾ ਵਧੀਆ, ਬੜੀ ਖੁਸ਼ੀ ਆ, ਅਤੇ ਸਾਰੇ ਲੋਕ ਇਹਨੂੰ ਇੰਜੋਏ ਵੀ ਕਰ ਰਹੇ ਆ, ਕੁਦਰਤ ਦਾ ਸ਼ੁਕਰਾਨਾ ਵੀ ਕਰ ਰਹੇ ਹਾਂ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।